ਬਲਦੇਵ ਸਿੰਘ ਸਿਰਸਾ ਵੱਲੋਂ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ SGPC ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਡਾਕਟਰ ਰੂਪ ਸਿੰਘ ਸਣੇ 185 ਮੈਂਬਰਾਂ ਦੇ ਖਿਲਾਫ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬਲਦੇਵ ਸਿੰਘ ਸਿਰਸਾ ਨੇ ਦੱਸਿਆ ਕਿ ਨਾਮਧਾਰੀ ਸਿੱਖਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਗਲਤ ਪ੍ਰਚਾਰ ਅਤੇ ਵਿਆਖਿਆ ਕਰਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ। ਦੇਖੋ ਜੀ, ਅੱਜ ਅਸੀਂ ਜੋ ਗੁਰਦੁਆਰਾ ਜੁਡੀਸ਼ੀਅਲ ਕੋਰਟ ਦੇ ਵਿੱਚ ਕੇਸ ਕਰ ਰਹੇ ਹਾਂ, ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ, ਪ੍ਰਧਾਨ ਮੌਜੂਦਾ ਲੌਂਗੋਵਾਲ ਜਾਂ ਇਹ ਸਕੱਤਰ ਵਗੈਰਾ ਜਿੰਨੇ ਵੀ, ਮੈਂ ਤੁਹਾਨੂੰ ਇਹ ਵੀ ਦੱਸਾਂਗਾ ਕਿ 185 ਮੈਂਬਰਾਂ ਨੂੰ ਮੈਂ ਲੀਗਲ ਨੋਟਿਸ ਦਿੱਤੇ ਸੀ। ਇਹਨਾਂ ਨੇ ਜਿਹੜਾ ਉਹ ਅਕਾਲ ਤਖਤ ਦੇ ਆਦੇਸ਼ ਦੀ ਪਾਲਣਾ ਨਹੀਂ ਕੀਤੀ, ਕਿਉਂਕਿ 24/12/2018 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਨਾਮਧਾਰੀ ਕੂਕਿਆਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕਰਨ ਵਾਸਤੇ ਆਦੇਸ਼ ਜਾਰੀ ਕੀਤਾ ਗਿਆ ਸੀ। ਇਹਨਾਂ ਨੇ ਉਸ ਆਦੇਸ਼ ਦੀ ਪਾਲਣਾ ਨਹੀਂ ਕੀਤੀ, ਜਿਸ ਕਰਕੇ ਮੈਂ ਗੁਰਦੁਆਰਾ ਜੁਡੀਸ਼ੀਅਲ ਕੋਰਟ ਵਿੱਚ ਇਹਨਾਂ ਦੇ ਕੰਮ ਦੇ ਉੱਤੇ ਰੋਕ ਲਾਉਣ ਵਾਸਤੇ ਅਤੇ ਪ੍ਰਧਾਨ ਸ਼੍ਰੋਮਣੀ ਕਮੇਟੀ ਗੋਬਿੰਦ ਸਿੰਘ ਲੌਂਗੋਵਾਲ ਦੀ ਮੈਂਬਰੀ ਖਾਰਜ ਕਰਕੇ ਜਿਹੜਾ ਇਹਨਾਂ 'ਤੇ ਰੋਕ ਲਾਉਣ ਵਾਸਤੇ ਜਿਹੜਾ ਗੁਰਦੁਆਰਾ ਜੁਡੀਸ਼ੀਅਲ ਕੋਰਟ ਦੇ ਵਿੱਚ ਜਿਹੜਾ ਉਹ ਪਟੀਸ਼ਨ ਪਾ ਲਿਆ। ਇਹਦੇ ਵਿੱਚ ਜੀ ਇਹਨਾਂ ਨੇ ਜਿਹੜੇ ਨਾਮਧਾਰੀ ਕੂਕੇ ਨੇ, ਇਹਨਾਂ ਨੇ 800 ਪੰਨਿਆਂ ਦਾ ਇੱਕ ਗੁਟਕਾ ਪਬਲਿਸ਼ ਕੀਤਾ ਕਰਦੇ ਨੇ, ਅਤੇ ਉਸ ਗੁਟਕੇ ਦੇ ਵਿੱਚ 100-100 ਪੰਨਿਆਂ ਦੀ ਭੂਮਿਕਾ ਲਿਖਦੇ ਨੇ, ਜਦੋਂ ਕਿ ਗੁਰਬਾਣੀ ਦੇ ਕਿਸੇ ਵੀ ਗੁਟਕੇ ਦੇ ਉੱਤੇ ਕੋਈ ਭੂਮਿਕਾ ਨਹੀਂ ਲਿਖ ਸਕਦਾ। ਹੁਣ ਕੱਲ੍ਹ ਨੂੰ ਕਹੂਗਾ ਵੀ ਮੈਂ ਗੁਰੂ ਗ੍ਰੰਥ ਸਾਹਿਬ ਦੀ ਭੂਮਿਕਾ ਲਿਖਾਂ, ਕਿਵੇਂ ਲਿਖ ਸਕਦੇ ਨੇ? ਸੋ ਇਹਨਾਂ ਨੇ 100-100 ਪੰਨੇ ਦੀ ਭੂਮਿਕਾ ਲਿਖੀ ਆ, ਉਹ 'ਚ ਗੁਰਬਾਣੀ ਦੀਆਂ ਤੁਕਾਂ ਲਿਖ ਕੇ ਅਰਥ ਆਪਣੇ ਹਿਸਾਬ ਨਾਲ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਿਆਈ ਨੂੰ ਰੱਦ ਕਰਕੇ ਇਹ ਦੇਹਧਾਰੀ ਗੁਰੂ ਨੂੰ ਇਹਨਾਂ ਨੇ ਪ੍ਰਮੋਟ ਕੀਤਾ, ਉਹ ਹੈ। ਇਹਨੇ ਹਵਨ ਦੀ ਵੀ ਗੱਲ ਕੀਤੀ ਗੁਰੂ ਸਾਹਿਬ। ਦੇਖੋ, ਇਹ ਆਪਣੇ ਆਪ ਨੂੰ ਇਹ ਕਹਿੰਦੇ ਨੇ ਕਿ ਜਿਹੜੇ ਸਿੱਖ ਨੇ ਉਹ ਕਹਿੰਦੇ ਕਿ ਅਸੀਂ ਕੇਸਾਧਾਰੀ ਹਿੰਦੂ ਹਾਂ, ਉਹ ਆਪਣੇ ਆਪ ਨੂੰ ਸਿੱਖ ਵੱਖਰੀ ਕੌਮ ਨਹੀਂ ਮੰਨਦੇ, ਇਸ ਕਰਕੇ ਉਹ ਹਿੰਦੂ ਰੀਤੀ ਰਿਵਾਜ ਦੇ ਮੁਤਾਬਕ ਉਹ ਹਮਣ ਵੀ ਕਰਦੇ ਨੇ ਅਤੇ ਗੁਟਕੇ ਦੇ ਵਿੱਚ ਹਮਣ ਦੀਆਂ ਬਾਣੀਆਂ ਵੀ ਉਹਨਾਂ ਨੇ ਦਰਜ ਕੀਤੀਆਂ ਨੇ। ਸੋ ਸਾਰਾ ਕੁਛ ਉਹ ਹਿੰਦੂਇਜ਼ਮ ਦੇ ਨਾਲ ਰਲਾ ਰਹੇ। ਇਹਨਾਂ ਦੇ ਖਿਲਾਫ਼ ਤਾਂ ਮੈਂ ਜੋ ਪਹਿਲਾਂ ਅਕਾਲ ਤਖ਼ਤ ਤੋਂ ਆਦੇਸ਼ ਜਾਰੀ ਹੋਇਆ, ਮੈਂ ਤਾਂ ਇਹੀ ਕਹਿੰਦਾ ਕਿ ਅਕਾਲ ਤਖ਼ਤ ਤੋਂ ਜੋ ਆਦੇਸ਼ ਜਾਰੀ ਹੋਇਆ ਉਹਦੇ ਮੁਤਾਬਕ ਇਹਨਾਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ। ਬਲਦੇਵ ਸਿੰਘ ਸਿਰਸਾ ਨੇ ਦੱਸਿਆ ਕਿ ਨਾਮਧਾਰੀ ਸਿੱਖਾਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਦੇਸ਼ ਵੀ ਜਾਰੀ ਕੀਤਾ ਗਿਆ ਸੀ, ਪਰ SGPC ਦੇ ਪ੍ਰਧਾਨ ਅਤੇ ਮੈਂਬਰਾਂ ਵੱਲੋਂ ਇਸ ਦੀ ਪਾਲਣਾ ਨਹੀਂ ਕੀਤੀ ਗਈ। ਸੋ ਹੁਣ ਦੇਖਣਾ ਇਹ ਹੋਵੇਗਾ ਕਿ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਵੱਲੋਂ ਇਸ ਪਟੀਸ਼ਨ ਦੇ ਆਧਾਰ 'ਤੇ ਕੀ ਕਾਰਵਾਈ ਕੀਤੀ ਜਾਂਦੀ ਹੈ। ਅੰਮ੍ਰਿਤਸਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ, D5 ਚੈਨਲ ਪੰਜਾਬੀ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ 'ਤੇ ਕਲਿੱਕ ਕਰੋ।